जी इदां पंजाब दे विच चलदा रहा जिवें हुण बहुत तरहां दे विवाद चल रहे, पर पंजाब दा बनूगा की, सिखां दा की बनूगा? पंजाब दा ते सिखां दा पहलां की बणिया है? ਆਪਾਂ ਅੱਜ ਦੇ ਗੱਲਾਂ ਨੂੰ ਕਹਿ ਲਾਂਗੇ, ਜਿਹੜਾ 70 ਸਾਲ ਪੁਰਾਣਾ ਸਾਡੇ ਨਾਲ ਚੱਲੀ ਜਾਂਦਾ ਹੈ, ਵੰਡ ਵੇਲੇ ਤੋਂ ਚੱਲੀ ਜਾਂਦਾ ਹੈ, 47 ਵੇਲੇ ਤੋਂ ਚੱਲੀ ਜਾਂਦਾ ਹੈ, ਪਹਿਲਾਂ ਤੋਂ ਚੱਲੀ ਜਾਂਦਾ, ਮਿਸਲਾਂ ਵੇਲੇ ਤੋਂ ਚੱਲੀ ਜਾਂਦਾ ਹੈ, ਉਹ ਕਾਹਤੋਂ ਨਹੀਂ ਸੋਚਦੇ ਸਾਰੇ? ਆਪਣੀ ਕੌਮ ਮੌਜੂਦਾ ਹੀ ਸੋਚਦੀ ਆ ਵੀ ਬਸ ਹੁਣੇ ਅਸੀਂ ਜੇ ਕੁਛ ਕਰ ਲਿਆ ਤਾਂ ਕਰ ਲਿਆ, ਜਿਹੜਾ ਪਿਛਲਾ ਸਾਨੂੰ ਭੁੱਲ ਜਾਂਦਾ, ਪਿਛਲੇ ਨੂੰ ਯਾਦ ਰੱਖਣਾ ਬਣਦਾ, ਜਿਹਦਾ ਜੇ ਆਪਾਂ ਪਿੱਛਾ ਭੁੱਲ ਜਾਈਏ ਤਾਂ ਆਪਣਾ ਅੱਗਾ ਵੀ ਨਹੀਂ ਰਹਿਣਾ। ਸਹੀ ਹੈ, ਪਿੱਛਾ ਯਾਦ ਰੱਖਣਾ ਪੈਣਾ ਸਾਨੂੰ, ਆਪਾਂ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਰਹਾਂਗੇ, ਸਾਨੂੰ ਸਭ ਕੁਝ ਜਿੱਤ ਹੋਊਗੀ। ਜੇ ਅਸੀਂ ਆਪਣੀਆਂ ਜੜ੍ਹਾਂ ਤੋਂ ਹੀ ਭੱਜ ਗਏ, ਜੇ ਅਸੀਂ ਚਾਰ ਪੜ੍ਹੇ ਲਿਖਾ ਮਗਰ ਲਾ ਕੇ ਇਹ ਗੱਲ ਕਹਿਣ ਲੱਗੇ, ਨਹੀਂ ਜੀ ਨਿਹੰਗ ਸਿੰਘ ਗਲਤ ਆ, ਜੀ ਨਿਹੰਗ ਸਿੰਘ ਗਲਤ ਆ, ਪਹਿਲਾਂ ਵੀ ਤਾਂ ਕਹਿੰਦੇ ਹੁੰਦੇ ਸੀ ਮੋਰਚੇ ਵੇਲੇ ਨਿਹੰਗ ਸਿੰਘ ਦੀ ਛਵੀ ਕਿੰਨੀ ਸੁਧਰੀ ਆ, ਸਾਰੀ ਕੌਮ ਸਲਾਹਣ ਲੱਗ ਗਈ ਉਦੋਂ ਦੀ। ਪਹਿਲਾਂ ਤਾਂ ਨਿਹੰਗ ਸਿੰਘਾਂ ਨੂੰ ਪਹਿਲਾਂ ਕਹਿੰਦੇ ਹੁੰਦੇ ਸੁੱਖੇ ਪੀਣੀਆਂ ਜੀ, ਇਹ ਤਾਂ ਕਿਤੇ ਦੀਦੇ ਨਹੀਂ ਜੀ, ਤਾਂ ਸਾਡੀ ਕੌਮ ਦੇ ਆਏ ਨੀ। ਜਿਹੜੇ ਜਿਹੜੇ ਨਿਹੰਗ ਸਿੰਘ ਦੇ ਵੱਲੋਂ ਇਹ ਕਾਰਜ ਕੀਤਾ ਗਿਆ, ਕੁਛ ਕੁ ਲੋਕ ਉਹਦੀਆਂ ਫੋਟੋਆਂ ਤੇ ਵੀਡੀਓ ਕਹਿ ਰਹੇ ਕਿ ਇਹਨਾਂ ਨੇ ਇੱਕ ਸਮੇਂ ਸਿੱਖ ਨੂੰ ਕੁੱਟਿਆ ਸੀ, ਰਣਜੀਤ ਸਿੰਘ ਦਾ ਮਾਮਲਾ ਆਉਂਦਾ ਹੈ, ਉਹ ਕਹਿੰਦੇ ਕਿ ਅਮਿਤ ਸ਼ਾਹ, ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਭਾਜਪਾ ਦੇ ਨਾਲ ਚੰਗੀ ਬਹਿਣੀ ਉੱਠਣੀ ਵਾਲੇ ਬੰਦੇ ਆ, ਅਕਾਲੀ ਦਲ ਨਾਲ ਬੜੀ ਸੈਟਿੰਗ ਵਾਲੇ ਬੰਦੇ ਆ। ਉਹ ਗੱਲ ਤੇ ਉਹ ਦੱਸ ਰਹੇ ਨੇ, ਮੇਜਰ ਸਿੰਘ ਸੋਢੀ ਵੀ ਦੱਸ ਰਹੇ ਨੇ, ਹੁਣ ਪਹਿਲਾਂ ਮੁੰਡੇ ਵੀ ਮਿਲ ਕੇ ਆਏ ਨੇ ਆਪਣੇ ਜਿਹੜੇ ਆਏ ਸੀਗੇ ਹੁਣ ਅੰਮ੍ਰਿਤਪਾਲ ਹੋਰੇ, ਇਹ ਵੀ ਜਾ ਕੇ ਮਿਲ ਕੇ ਆਏ ਨੇ, ਇਹ ਵੀ ਗੱਲ ਇਹੀ ਕਹਿੰਦੇ ਆ। ਉਹ ਕਹਿੰਦੇ ਵੀ ਅਸੀਂ ਕਿਸੇ ਨਾਲ ਫੈਸਲਾ ਤਾਂ ਨਹੀਂ ਕੋਈ ਕੀਤਾ, ਸੱਦਾ ਤਾਂ ਦੁਸ਼ਮਣ ਵੀ ਦੇ ਸਕਦਾ ਤੁਹਾਨੂੰ, ਸੱਦੇ ਤੇ ਜਾਣਾ ਤਾਂ ਬਣਦਾ ਨਾ। ਹੁਣ ਜੇ ਕੋਈ ਉੱਥੇ ਗਿਆ ਹੈ, ਆਪਾਂ ਇੱਥੇ ਬੈਠੇ ਆਪਣੀ ਕੋਈ ਫੋਟੋ ਖਿੱਚ ਕੇ ਕੱਲ ਨੂੰ ਵਾਇਰਲ ਕਰ ਦਿੰਦਾ, ਤਾਂ ਆਪਾਂ ਜ਼ਰੂਰੀ ਤਾਂ ਨਹੀਂ ਵੀ ਆਪਾਂ ਲੋਕਾਂ ਨੂੰ ਲੜਾਉਣ ਨੂੰ ਇਕੱਠੇ ਹੋਏ ਹਾਂ, ਆਪਾਂ ਕੋਈ ਆਪਦੀ ਵਿਚਾਰ ਵੀ ਕਰ ਸਕਦੇ ਹਾਂ। ਉਹਨਾਂ ਦੀਆਂ ਫੋਟੋ ਖਿੱਚ ਕੇ ਵਾਇਰਲ ਕਰ ਦਿਓ, ਬਸ ਠੀਕ ਆ, ਉਹਨਾਂ ਨੂੰ ਮਾੜਾ ਬਣਾ ਦਿਓ। ਮਤਲਬ ਕਿ ਸਿਰਫ ਜਾਣ ਬੁੱਝ ਕੇ ਉਹਨਾਂ ਨੂੰ ਮਾੜੇ ਬਣਾਇਆ ਜਾ ਰਿਹਾ? ਜਾਣ ਬੁੱਝ ਕੇ, ਹੁਣ ਸੱਦਾ ਕੋਈ ਵੀ ਤੁਹਾਨੂੰ ਮੋਦੀ ਸੱਦਾ ਦੇ ਜਾਊਂਗੇ ਤਾਂ ਤੁਸੀਂ ਵੀ ਸੱਦੇ ਤੇ, ਫਿਰ ਤੁਸੀਂ ਉਹਦੇ ਨਾਲ ਰਲ ਗਏ, ਜਾਂ ਕੱਲ੍ਹ ਨੂੰ ਮੈਨੂੰ ਸੱਦੂਗਾ ਤਾਂ ਮੈਂ ਉੱਥੇ ਜਾ ਵੜੂੰਗਾ, ਤਾਂ ਮੈਂ ਉਹਦੇ ਨਾਲ ਰਲ ਗਿਆ, ਜਾ ਕੇ ਵਿਚਾਰ ਤਾਂ ਕੀਤੀ ਜਾ ਸਕਦੀ ਹੈ ਨਾ। ਜੇ ਤਾਂ ਕੋਈ ਹੋਵੇ ਵੀ ਮੇਜਰ ਸਿੰਘ ਸੋਢੀ ਉੱਥੇ ਜਾ ਕੇ ਕੋਈ ਫੈਸਲਾ ਦੇ ਆਏ ਵੀ ਆ ਲਓ ਜੀ ਮੈਂ ਆਪਦੀ ਕੌਮ ਨੂੰ ਆਹ ਫੈਸਲਾ ਦਿੱਤਾ, ਫਿਰ ਤਾਂ ਆਪਾਂ ਉਹਨੂੰ ਦੋਸ਼ੀ ਕਹੀਏ। ਉਹ ਤਾਂ ਵਿਚਾਰ ਕਰਨ ਗਏ ਸੀ, ਉਹਨੂੰ ਨਹੀਂ ਉਹਨਾਂ ਦੀ ਵਿਚਾਰ ਪੂਗੀ, ਉਹ ਮੁੜਿਆ ਕੋਈ ਏਡੀ ਗੱਲ ਨਹੀਂ, ਮੈਂ ਤਾਂ ਨਹੀਂ ਉਹਨੂੰ ਮੁੱਦਾ ਮੰਨਦਾ, ਜੇ ਕੋਈ ਬਣਾਉਂਦਾ ਹੈ ਤਾਂ ਬਣਾਈ ਜਾਵੇ ਲੱਖ ਵਾਰੀ। ਜੀ ਕੌਮ ਦੇ ਵਿੱਚ ਦੁਵਿਧਾ ਬਹੁਤ ਚੱਲ ਰਹੀ, ਏਕਾ ਹੋਣਾ ਚਾਹੀਦਾ, ਸਭ ਚ ਏਕਾ ਹੋਣਾ ਚਾਹੀਦਾ। ਸਾਨੂੰ ਇੱਕ ਜਿੰਨਾ ਚਿਰ ਅਸੀਂ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਨਹੀਂ ਹੁੰਦੇ, ਸਾਨੂੰ ਚਾਰ ਸਪਰੇ ਧੱਕੇ ਹੀ ਪੈਣੇ ਆ, ਉਹ ਪਈ ਵੀ ਜਾਂਦੇ। ਜੀ ਕਦੋਂ ਹੋਊਗੀ ਕੌਮ ਇਕੱਠੀ? ਹੋਣਾ ਚਾਹੀਦਾ ਬਹੁਤ ਜਲਦ, ਜੇ ਆਪਾਂ ਮੂਹਰੇ ਗਰੋਥ ਭਾਲਦੇ ਹਾਂ ਆਪਦੇ ਧਰਮ ਦੀ, ਆਪਦੀ ਕੌਮ ਦੀ, ਆਪਦੀ ਏਕੇ ਦੀ, ਆਪਦੀ ਪੰਜਾਬੀਅਤ ਦੀ, ਬਹੁਤ ਜਲਦ ਸਾਨੂੰ ਇੱਕ ਹੋਣਾ ਚਾਹੀਦਾ। ਛੋਟੇ ਛੋਟੇ ਮਸਲੇ ਆ, ਕੋਈ ਮਸਲਾ ਐਡਾ ਨਹੀਂ, ਜਦੋਂ ਪੁੱਛੀਦਾ ਕਿਸੇ ਨੂੰ ਬਾਹ ਕੇ ਦੋ ਸਿੰਘਾਂ ਨੂੰ, ਜੇ ਉਹਨਾਂ ਦੀ ਚੱਲੀ ਵੀ ਆ ਵੀ ਤੁਹਾਡੀ ਕਿਹੜੀ ਗੱਲੋਂ ਚੱਲਦੀ ਆ, ਗੱਲ ਵਿੱਚੋਂ ਕੁਛ ਵੀ ਨਹੀਂ ਨਿਕਲਦੀ, ਫਤਿਹ ਨਹੀਂ ਬੁਲਾਉਂਦੇ ਇੱਕ ਦੂਜੇ ਨੂੰ, ਫਤਿਹ ਨਹੀਂ ਸਾਂਝੀ ਕਰਦੇ ਗੁੱਸੇ ਜਾਂ ਫਿਰ ਇੱਕ ਦੂਜੇ ਨੂੰ ਲੈ ਕੇ। ਸਿੱਖਾਂ ਦੇ ਵਿੱਚ ਵੀ ਬਹੁਤ ਚੱਲ ਰਿਹਾ ਕਿ ਗੁਰਦੁਆਰਿਆਂ ਦੀ ਵੰਡ ਪੈ ਗਈ, ਪਿੰਡਾਂ ਦੇ ਵਿੱਚ ਬੋਲਾ ਕੁਛ ਹੋਇਆ ਪਿਆ, ਨਹੀਂ ਚਾਹੀਦਾ। ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਵੋ, ਫਿਰ ਉਹ ਤੇ ਅਸਰ ਵੀ ਕਰੋ, ਅਮਲ ਵੀ ਕਰੋ। 1430 ਅੰਗ ਲਿਖੇ ਹੋਏ ਆ, ਉਹਨੂੰ ਪੜ੍ਹ ਕੇ ਉਹਤੇ ਅਮਲ ਤਾਂ ਕਰੋ, ਅਸਰ ਤਾਂ ਕਰੋ, ਫਿਰ ਹੀ ਸਾਨੂੰ ਪੜ੍ਹਨ ਦਾ ਫਾਇਦਾ। ਜੀ ਬਹੁਤ ਬਹੁਤ ਧੰਨਵਾਦ ਬਾਬਾ ਗੁਰਜਿੰਦਰ ਸਿੰਘ ਜੀ, ਸਾਡੇ ਨਾਲ ਮੌਜੂਦ ਸੀ, ਗੱਲਬਾਤ ਹੋਈ ਹੈ। ਪੈਪਲ ਮੋਰਚੇ ਤੇ ਸੀਗੇ, ਇਨਸਾਫ਼ ਨੂੰ ਲੈ ਕੇ ਗੁਹਾਰ ਲਾਈ ਜਾ ਰਹੀ ਹੈ ਤੇ ਪਰ ਇਨਸਾਫ਼ ਨਹੀਂ ਮਿਲ ਰਿਹਾ। ਦੂਸਰੇ ਪਾਸੇ ਪੰਜਾਬ ਦੇ ਵਿੱਚ ਵੱਡੇ ਇਸ਼ੂ ਜਿਹੜੇ ਖੜੇ ਹੋ ਰਹੇ ਨੇ,